ਖਬਰ ਮਿਲੀ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਜਲੰਧਰ ਦੇ ਕਿਸੇ ਕਰੋਨਾ ਪੋਜ਼ੀਟਿਵ ਪੇਸ਼ੈਂਟ ਦਾ ਜਿਹੜਾ ਕੰਟੈਕਟ ਸੀਗਾ ਉਹ ਪੋਜ਼ੀਟਿਵ ਆਇਆ। 60 ਸਾਲ ਦੀ ਉਮਰ ਹੈ ਉਹਨਾਂ ਦੀ ਅਤੇ ਭੈਣੀ ਪਾਸਵਾਲ ਪਿੰਡ ਤੋਂ ਹੈਗੇ ਆ। ਅਤੇ ਅਸੀਂ ਉੱਥੇ ਜਿਹੜੀ ਜੋ ਸਟੈਂਡਰਡ ਪ੍ਰੋਟੋਕੋਲ ਹੈ ਉਸ ਏਰੀਏ ਨੂੰ ਕਾਰਡਨ ਆਫ ਕਰਕੇ ਸਕਰੀਨਿੰਗ ਸ਼ੁਰੂ ਕਰ ਰਹੇ ਹਾਂ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਹੈ ਅਤੇ ਹੋਰ ਜ਼ਿਆਦਾ ਕੇਸ ਨਹੀਂ ਆਇਆ ਕੋਈ, ਪਰ ਫਿਰ ਵੀ ਟੈਸਟ ਕਰਨੇ ਬਹੁਤ ਜ਼ਰੂਰੀ ਨੇ। ਅਤੇ ਇਹ ਪੇਸ਼ੈਂਟ ਸਾਡੇ ਕੋਲ ਕੱਲ੍ਹ ਆਏ ਸੀਗੇ, ਇਹਨਾਂ ਨੂੰ ਕੋਈ ਸਿਮਟਮ ਸੀਗੇ ਅਤੇ ਉਹਨਾਂ ਦਾ ਟੈਸਟ ਰਿਪੋਰਟ ਹੁਣ ਥੋੜ੍ਹੀ ਦੇਰ ਪਹਿਲਾਂ ਆਈ ਹੈ ਅਤੇ ਅਸੀਂ ਜੋ ਉਹਦਾ ਪ੍ਰੋਟੋਕੋਲ ਬਣਦਾ ਕਰਕੇ ਸ਼ੁਰੂ ਕਰ ਦਿੰਦੇ ਹਾਂ। ਸਰ ਕਿੱਥੇ ਭੇਜਿਆ ਜਾਊਗਾ ਦੁਬਾਰਾ ਇਸ ਤਰ੍ਹਾਂ? ਨਹੀਂ, ਸੈਂਪਲ ਤਾਂ ਇਹਨਾਂ ਦਾ ਜਿਹੜਾ ਪੋਜ਼ੀਟਿਵ ਆ ਚੁੱਕਿਆ ਹੁਣ ਤਾਂ ਸਾਰੇ ਪਿੰਡ ਨੂੰ ਦੇਖ ਕੇ ਜਿਹੜੇ ਹੋਰ ਬੰਦੇ ਸਕਰੀਨਿੰਗ ਕਰਕੇ ਉਹਨਾਂ ਦੀ ਚੈਕਿੰਗ ਕੀਤੀ ਜਾਵੇਗੀ ਤਾਂ ਕਿ ਉੱਥੇ ਜਿਹੜਾ ਕੋਈ ਹੋਰ ਬੰਦੇ ਨੂੰ ਬਿਮਾਰੀ ਨਾ ਅੱਗੇ ਲੱਗੀ ਹੋਵੇ ਅਤੇ ਇਹਨੂੰ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਫਿਲਹਾਲ ਤਾਂ ਇੱਥੇ ਆਪਣੇ ਗੁਰਦਾਸਪੁਰ ਹੀ ਹੈ ਔਰ ਉਸ ਤੋਂ ਬਾਅਦ ਉਹਦੀ ਕੰਡੀਸ਼ਨ ਪਰ ਡਿਪੈਂਡ ਕਰਦਾ ਜਿਵੇਂ ਡਾਕਟਰ ਡਿਸਾਈਡ ਕਰਨਗੇ, ਜੇ ਲੋੜ ਪਈ ਤਾਂ ਅੰਮ੍ਰਿਤਸਰ ਸ਼ਿਫਟ ਕਰਾਂਗੇ। ਅਜੇ ਫਿਲਹਾਲ ਉੱਥੇ ਗੁਰਦਾਸਪੁਰ ਹਾਂ। ਪਹਿਲਾਂ ਇਹੀ ਅਪੀਲ ਹੈ ਕਿ ਜੀ ਆਪਾਂ ਸਾਰੇ ਜਣੇ ਧਿਆਨ ਦਈਏ, ਪਹਿਲਾਂ ਬਚੇ ਹੋਏ ਸੀਗੇ ਪਰੰਤੂ ਇਹ ਅਨਫੋਰਚੁਨੇਟ ਹੈ, ਬੜੀ ਮਾੜੀ ਗੱਲ ਹੋਈ ਆ ਕਿ ਇੱਕ ਪੇਸ਼ੈਂਟ ਪੋਜ਼ੀਟਿਵ ਆ ਗਏ ਨੇ ਅਤੇ ਅਸੀਂ ਇਹਨਾਂ ਦੇ ਵੀ ਇਲਾਜ ਦਾ ਪੂਰਾ ਧਿਆਨ ਰੱਖਾਂਗੇ। ਪਰ ਮੇਰੇ ਸਾਰੇ ਸ਼ਹਿਰ ਵਾਸੀਆਂ ਅਤੇ ਜ਼ਿਲ੍ਹਾ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੋ। ਹੁਣ ਤਾਂ ਜ਼ਿਆਦਾ ਲੋੜ ਪੈ ਗਈ ਹੈ ਕਿਉਂਕਿ ਇਹਨਾਂ ਦੇ ਕੰਟੈਕਟ 'ਚ ਅੱਗੇ ਬੰਦੇ ਆਏ, ਕੁਛ ਅੱਗੇ ਬੰਦਾ ਆਇਆ ਹੋਵੇ ਅਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।